ਆਦਾਬ ਦਾ ਇੱਕ ਹੀ ਸਵਾਲ, ਕੀ ਅੰਮ੍ਰਿਤਪਾਲ ਸਿੰਘ ਤੋਂ NSA ਹਟਾਈ ਜਾਵੇਗੀ ਜਾਂ ਨਹੀਂ? ਅੱਜ ਅੰਮ੍ਰਿਤਪਾਲ ਸਿੰਘ ਤੇ ਲੱਗੇ NSA ਮਾਮਲੇ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸੁਣਵਾਈ ਹੋਵੇਗੀ। ਖੰਡੂਰ ਸਾਹਿਬ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਅੰਮ੍ਰਿਤਪਾਲ ਸਿੰਘ ਨੇ, ਜਿਨ੍ਹਾਂ ਵੱਲੋਂ ਕੁਝ ਦਿਨ ਪਹਿਲਾਂ ਸੰਸਦ ਵਿੱਚ MP ਬਣਨ ਤੇ ਸਹੁੰ ਵੀ ਚੁੱਕੀ ਗਈ ਤੇ ਫਿਰ ਹਾਈਕੋਰਟ ਵਿੱਚ NSA ਹਟਾਉਣ ਦੀ ਮੰਗ ਕੀਤੀ ਗਈ। ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਮੇਰੇ ਉੱਤੇ NSA ਲੱਗੀ ਹੈ ਉਹ ਗੈਰ ਕਾਨੂੰਨੀ ਹੈ। ਮੇਰੇ ਉੱਤੇ ਲੱਗੀ NSA ਨੂੰ ਵਧਾਇਆ ਨਾ ਜਾਵੇ, ਸਗੋਂ ਕਿ ਹਟਾ ਦਿੱਤਾ ਜਾਵੇ। ਇਸ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਕੀਤੀ ਜਾਵੇਗੀ।